ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜਿਹੜੇ ਸਾਡੇ ਦੋ ਵਿਸ਼ੇ ਨੇ, ਉਹਦਾ ਪਹਿਲਾ ਵਿਸ਼ਾ ਸਾਡਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੀ ਸਰਵ ਵਿਆਪਕਤਾ, ਨਿਰਗੁਣ ਔਰ ਸਰਗੁਣ ਦਾ ਜਿਹੜਾ ਸੰਕਲਪ ਹੈ ਉਸ ਬਾਰੇ ਅਸੀਂ ਗੱਲ ਕਰਨੀ ਹੈ। ਬੜੀ ਖੂਬਸੂਰਤ ਲਾਈਨ ਹੈ ਗੁਰਬਾਣੀ ਦੀ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ। ਪਰਮਾਤਮਾ ਦੇ ਨਿਰਗੁਣ ਅਤੇ ਸੁਰਗੁਣ ਦੇ ਸਰਗੁਣ ਦੇ ਸੰਕਲਪ ਬਾਰੇ ਵਿਚਾਰਾਂ ਅਸੀਂ ਕਰਨੀਆਂ ਨੇ। ਪਰਮਾਤਮਾ ਅਤੇ ਪਰਮਾਤਮਾ ਦੇ ਸਰੂਪ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਜਿਹੜਾ ਸਵਾਲ ਆਮ ਤੌਰ 'ਤੇ ਉੱਠਦਾ ਹੈ ਉਹ ਹੈ ਕਿ ਪਰਮਾਤਮਾ ਹੈ ਕੀ, ਰੱਬ ਹੈ ਕੀ, ਅਤੇ ਉਸ ਦੀ ਹੋਂਦ ਔਰ ਉਸ ਦੀ ਜਿਹੜੀ ਹਸਤੀ ਹੈ ਉਸ ਨੂੰ ਸਿੱਧ ਕਰਨ ਲਈ ਸਾਡੇ ਕੋਲ ਕਿਹੜੇ ਕਿਹੜੇ ਸਬੂਤ ਹਨ। ਔਰ ਹਰ ਮਜ਼ਹਬ, ਹਰ ਧਰਮ ਦੇ ਵਿੱਚ ਜਿਹੜਾ ਹਰ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲਿਆਂ ਆਉਂਦੇ ਉਸ ਨੂੰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਕਿਸੇ ਵੀ ਧਰਮ ਦਾ ਵਿਸਥਾਰ ਜਾਂ ਮਜ਼ਹਬ ਦਾ ਵਿਸਥਾਰ ਅਤੇ ਰੋਹ ਰੀਤੀਆਂ ਦਾ ਸਾਰਾ ਜਿਹੜਾ ਦਾਰੋ ਮਦਾਰ ਹੈ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਪਰਮਾਤਮਾ ਦੇ ਉਸ ਧਰਮ ਦੇ ਵਿੱਚ ਜਾਂ ਉਸ ਮਜ਼ਹਬ ਦੇ ਵਿੱਚ ਪਰਮਾਤਮਾ ਦੇ ਦਾ ਕੀ ਸਰੂਪ ਜਿਹੜਾ ਉਹ ਦੱਸਿਆ ਗਿਆ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਪਰਮਾਤਮਾ ਬਾਰੇ ਇੱਥੇ ਅਲੱਗ ਅਲੱਗ ਵਿਚਾਰ ਸਨ, ਵੱਖਰੇ ਵੱਖਰੇ ਖਿਆਲ ਪ੍ਰਚਲਿਤ ਸਨ। ਇੱਕ ਪਾਸੇ ਉਹ ਵਿਦਵਾਨ ਸਨ ਜਾਂ ਵਿਚਾਰਵਾਨ ਸਨ ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਕੋਈ ਇੱਕ ਵੱਖਰੀ ਹਸਤੀ ਹੈ, ਕਿਸੇ ਹੋਰ ਦੁਨੀਆ ਵਿੱਚ ਰਹਿੰਦਾ ਜੋ ਇਸ ਸ੍ਰਿਸ਼ਟੀ ਤੋਂ, ਇਸ ਯੂਨੀਵਰਸ ਤੋਂ ਬਿਲਕੁਲ ਅਲੱਗ ਹੈ। ਇਸ ਲਈ ਇਹ ਸ੍ਰਿਸ਼ਟੀ ਜਿਹੜੀ ਹੈ, ਇਹ ਸੰਸਾਰ ਹੈ, ਇਹ ਮਿੱਥਿਆ ਹੈ, ਇਹ ਮਾਇਆ ਹੈ। ਔਰ ਪੁਰਾਣਾ ਅਸੀਂ ਜਦੋਂ ਕਦੀ ਪੜ੍ਹਦੇ ਹਾਂ ਤਾਂ ਇਹੀ ਦਿਖਦਾ ਕਿ ਜਿਹੜੇ ਚਾਹੇ ਉਹ ਯੋਗੀ ਨੇ ਜਾਂ ਚਾਹੇ ਜਿਤਨੇ ਵੀ ਪੁਰਾਣੇ ਜਿਹੜੇ ਮੰਨਣ ਵਾਲੇ ਧਰਮ ਨੂੰ, ਉਹ ਸਾਰੀ ਦੁਨੀਆ ਨੂੰ ਛੱਡ ਕੇ ਪਹਾੜਾਂ ਅਤੇ ਜੰਗਲਾਂ ਵਿੱਚ ਚਲੇ ਜਾਂਦੇ ਸੀ ਕਿ ਇਹ ਸੰਸਾਰ ਜਿਹੜਾ ਇਹ ਮਿੱਥਿਆ ਮਾਇਆ ਹੈ, ਔਰ ਇਸ ਨੂੰ ਸੰਸਾਰ ਨੂੰ ਛੱਡਣ ਦੀਆਂ ਗੱਲਾਂ ਚੱਲਦੀਆਂ ਸਨ। ਦੂਸਰੇ ਪਾਸੇ ਉਹ ਲੋਕਾਂ ਦਾ ਵਿਸ਼ਵਾਸ ਸੀ, ਕੁਛ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਆਜ਼ਾਦ ਮਨਮਾਨੀ ਕਰਨ ਵਾਲਾ ਹਾਕਮ ਹੈ ਔਰ ਉਹ ਆਪਣੇ ਦੇਵੀ ਦੇਵਤਿਆਂ ਰਾਹੀਂ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਪਰ ਗੱਲ ਜਿਹੜੀ ਹੈ ਕਿ ਜਿਹੜੀ ਦੇਖਣਾ ਆਪਾਂ, ਪਹਿਲੀ ਗੱਲ ਇਹ ਦੇਖਣੀ ਹੈ ਕਿ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜਿਹੜੇ ਨੇ ਉਹਨਾਂ ਲਈ ਜਿਹੜਾ ਇਹ ਰੱਬ ਨੂੰ ਇੱਕ ਪ੍ਰੂਵ ਕਰਨ ਲਈ ਉਹ ਕਿਸੇ ਦਲੀਲਾਂ ਦਾ ਜਾਂ ਸਬੂਤਾਂ ਦੇ ਮੁਹਤਾਜ ਨਹੀਂ ਨੇ। ਅਕਾਲ ਪੁਰਖ ਦੇ ਨਿਸ਼ਚੇ ਦੇ ਆਸਰੇ ਉਹਨਾਂ ਨੇ ਅਕਾਲ ਪੁਰਖ ਨੂੰ ਇੱਕ ਅਜਿਹੀ ਹਸਤੀ ਔਰ ਐਸੇ ਜਿਹੜੀ ਅਮਲੀ ਅਰਥਾਂ ਵਿੱਚ ਕਹਿ ਲਈਏ ਤਾਂ ਅਖਵਾ ਜਿਹੜੀ ਹੈ, ਐਸੀ ਹਸਤੀ ਹੈ ਜਿਹੜੀ ਇਸ ਦੁਨੀਆ ਨੂੰ, ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ, ਇਸ ਸ੍ਰਿਸ਼ਟੀ ਦੇ ਵਿੱਚ ਬਲਕਿ ਖੁਦ ਰਹਿ ਰਹੀ ਹੈ। ਤਾਂ ਇਹ ਜਿਹੜਾ ਅੱਜ ਦਾ ਟੋਪਿਕ ਹੈ ਨਿਰਗੁਣ ਸਰਗੁਣ ਵਾਲਾ, ਉਸ ਦੇ ਵਿੱਚ ਅਸੀਂ ਅੱਜ ਇਹ ਵਿਚਾਰ ਕਰਨੀ ਹੈ ਕਿ ਨਿਰਗੁਣ ਕੀ ਹੈ, ਸਰਗੁਣ ਕੀ ਹੈ, ਔਰ ਪਰਮਾਤਮਾ ਦਾ ਜਿਹੜਾ ਜਿਹੜੇ ਰੂਪ ਨੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਕਿਸ ਤਰ੍ਹਾਂ ਦੇਖਿਆ। ਇੱਕ ਹੈ ਰੂਪ ਅਗਮ ਅਗੋਚਰ ਹੈ ਜਿਸ ਨੂੰ ਅਸੀਂ ਜਿਹੜਾ ਉਹ ਨਿਰਗੁਣ ਸਰੂਪ ਕਹਿ ਸਕਦੇ ਹਾਂ, ਇੱਕ ਰੱਬ ਸਰਵ ਵਿਆਪਕ ਹੈ ਉਸ ਨੂੰ ਅਸੀਂ ਸਰਗੁਣ ਕਹਿ ਸਕਦੇ ਹਾਂ। ਤਾਂ ਇਸ ਟੋਪਿਕ ਦੇ ਉੱਤੇ ਕਿ ਪਰਮਾਤਮਾ ਦੀ ਸਰਵ ਵਿਆਪਕਤਾ ਦਾ ਸੰਕਲਪ ਔਰ ਪਰਮਾਤਮਾ ਕਿਸ ਤਰ੍ਹਾਂ ਔਰ ਕਿਸ ਤਰ੍ਹਾਂ ਸਾਡੇ ਵਿੱਚ ਵਿਚਰ ਰਿਹਾ ਔਰ ਕਿਸ ਤਰ੍ਹਾਂ ਅਲੱਗ ਸਾਨੂੰ ਰਾਹ ਦਿਖਾ ਰਿਹਾ, ਇਸ ਬਾਰੇ ਅੱਜ ਸਾਡੇ ਕੋਲ ਡਾਕਟਰ ਹਰਭਜਨ ਸਿੰਘ ਜੀ ਨੇ, ਇਹਨਾਂ ਦੀ ਜਿਹੜੇ ਨੇ ਇਹ ਕਿਸੇ ਇੰਟਰੋਡਕਸ਼ਨ ਦੇ ਹੁਣ ਮੁਹਤਾਜ ਨਹੀਂ ਰਹੇ ਕਿਉਂਕਿ ਪਹਿਲਾ ਲੈਕਚਰ ਡਾਕਟਰ ਸਾਹਿਬ ਕਰ ਗਏ ਸੀ ਧਰਮ ਬਾਰੇ ਔਰ ਇੱਕ ਜੋਤ ਅਤੇ ਜੁਗਤੀ ਬਾਰੇ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਟੋਪਿਕ ਬਾਰੇ, ਪਰਮਾਤਮਾ ਦੀ ਸਰਵ ਵਿਆਪਕਤਾ ਜਾਂ ਨਿਰਗੁਣ ਸਰਗੁਣ ਦਾ ਜਿਹੜਾ ਸੰਕਲਪ ਹੈ ਉਸ ਬਾਰੇ ਗੱਲ ਕਰਨਗੇ ਜੀ। ਆਓ ਡਾਕਟਰ ਸਾਹਿਬ। ਆਦਰਯੋਗ ਪਰਮ ਪ੍ਰਬੁੱਧ ਸਰਦਾਰ ਹਰਿੰਦਰਪਾਲ ਸਿੰਘ ਜੀ ਅਤੇ ਅੱਜ ਦੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਦੂਰੋਂ ਨੇੜਿਓਂ ਪਹੁੰਚੇ ਬਹੁਤ ਹੀ ਪ੍ਰਬੁੱਧ ਗਿਆਨ ਅਭਿਲਾਸ਼ੀ ਸ਼੍ਰੋਤਾ ਜਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੈਸ਼ਨ ਵਿੱਚ
ਮੈਨੂੰ ਫਿਰ ਦੁਬਾਰਾ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਸਰਦਾਰ ਹਰਿੰਦਰਪਾਲ ਸਿੰਘ ਜੀ ਨੇ ਪ੍ਰਦਾਨ ਕੀਤਾ ਹੈ। ਜੋ ਵਿਸ਼ਾ ਅੱਜ ਅਸੀਂ ਇਸ ਪਹਿਲੀ ਕਲਾਸ ਵਿੱਚ ਵਿਚਾਰਨਾ ਹੈ ਉਹ ਸਰਦਾਰ ਹਰਿੰਦਰਪਾਲ ਸਿੰਘ ਜੀ ਨੇ ਆਪ ਜੀ ਨੂੰ ਗਿਆਤ ਕਰਵਾਇਆ ਹੈ ਕਿ ਅਸਾਂ ਨਿਰਗੁਣ ਸਰਗੁਣ ਦੇ ਸੰਕਲਪ 'ਤੇ ਵਿਚਾਰ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਜਗਤ ਵਿੱਚ ਵਿਆਪਕਤਾ ਦਾ ਜਿਹੜਾ ਸਿਧਾਂਤ ਗੁਰਮਤਿ ਨੇ ਜਿਹੜਾ ਦਿੱਤਾ ਹੈ ਉਸ ਨੂੰ ਅਸੀਂ ਜੋ ਨਿਯਤ ਵਕਤ ਹੈ ਉਹਦੇ ਵਿੱਚ ਵਿਚਾਰਨ ਦਾ ਯਤਨ ਕਰਨਾ ਹੈ। ਵਿਸ਼ਾ ਕਿਉਂਕਿ ਬਹੁਤ ਸੂਖਮ ਹੈ ਇਸ ਲਈ ਇਹਦੀਆਂ ਬਹੁਤੀਆਂ ਬਾਰੀਕੀਆਂ ਕਈ ਵਾਰ ਅਕਾਊ ਵੀ ਹੁੰਦੀਆਂ ਨੇ। ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਡੇ ਗੱਲਾਂ ਇਹ ਉੱਪਰ ਦੀ ਜਾਂਦੀਆਂ ਹਨ। ਉਹ ਅਵਸਥਾ ਕੇਵਲ ਸਰੋਤੇ ਦੀ ਨਹੀਂ ਹੁੰਦੀ, ਜਿਹੜਾ ਵਕਤਾ ਹੈ ਕਈ ਵਾਰ ਉਸ ਤੋਂ ਵੀ ਇਹ ਗੱਲਾਂ ਉੱਪਰ ਚਲੀਆਂ ਜਾਂਦੀਆਂ ਨੇ ਕਿਉਂਕਿ ਉਸਨੇ ਵੀ ਕਦੇ ਸੋਚਿਆ ਨਹੀਂ ਹੁੰਦਾ ਜਿਹੜੀਆਂ ਗੱਲਾਂ ਉਹ ਐਨ ਮੌਕੇ 'ਤੇ ਬੋਲ ਰਿਹਾ ਹੁੰਦਾ ਹੈ। ਇੱਕ ਹੁੰਦਾ ਕਿ ਪੜ੍ਹ ਕੇ ਆਪ ਜੀ ਨੂੰ ਕਿ ਸੁਣਾ ਦੇਵਾਂ ਕਿ ਫਲਾਣੇ ਵਿਦਵਾਨ ਨੇ ਕਿਹਾ, ਉਸਨੇ ਕਿਹਾ, ਉਸਨੇ ਕਿਹਾ, ਇਹ ਕਿਹਾ, ਉਸਨੇ ਇਹ ਕਿਹਾ। ਉਹ ਵਿਚਾਰ ਉਹਨਾਂ ਵਿੱਚ ਇੱਕ ਸਾਰਤਾ ਹੁੰਦੀ ਹੈ ਕਿ ਉਹ ਜਦੋਂ ਬੋਲਾਂਗਾ ਉਹ ਹੀ ਲੈਕਚਰ ਹੋਏਗਾ। ਇੱਕ ਹੁੰਦਾ ਕਿ ਨਹੀਂ, ਆਪ ਵਿਚਾਰ ਕੇ ਬੋਲਣਾ ਹੈ। ਉਹ ਜਦੋਂ ਵੀ ਜਿਸ ਵਿਸ਼ੇ 'ਤੇ ਮੈਂ ਬੋਲਾਂਗਾ ਉਹ ਪਹਿਲੇ ਨਾਲੋਂ ਇਸ ਕਰਕੇ ਵਿਲੱਖਣ ਹੋਵੇਗਾ ਕਿ ਮੈਂ ਉਸ ਵਿਸ਼ੇ ਨੂੰ ਆਪਣਾ ਧਿਆਨ ਦੇ ਕੇ ਫਿਰ ਸਮਝਣ ਦਾ ਯਤਨ ਕੀਤਾ ਹੈ। ਸੋ ਇਸ ਕਰਕੇ ਕਈ ਗੱਲਾਂ ਜੋ ਪਹਿਲਾਂ ਸਮਝ ਵਿੱਚ ਨਹੀਂ ਸਨ ਉਹ ਹੁਣ ਆ ਗਈਆਂ, ਅਤੇ ਕਈ ਗੱਲਾਂ ਜਦੋਂ ਬੋਲਾਂਗਾ ਉਦੋਂ ਸਮਝ ਆਉਣਗੀਆਂ ਜਿਹੜੀਆਂ ਕਿ ਮੈਂ ਸਮਝਦਾ ਕਿ ਮੇਰੇ ਤੋਂ ਵੀ ਉੱਪਰ ਹੋਣਗੀਆਂ। ਇਸ ਲਈ ਯਤਨ ਕਰਨਾ ਹੈ ਕਿ ਅਸੀਂ ਸਮਝਣ ਦੀ ਚੇਸ਼ਟਾ ਕਰੀਏ, ਕਿਉਂਕਿ ਹੁਣ ਬਾਣੀ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ, ਹੁਣ ਗੁਰੂ ਸਾਹਿਬ ਤਾਂ ਬੜੇ ਸੂਖਸ਼ਮ ਉੱਤੇ ਸੂਖਸ਼ਮ ਹੀ ਸਨ, ਆਪ ਹੀ ਸੂਖਸ਼ਮ ਰੂਪ ਹੀ ਸਨ, ਕਾਇਆ ਤਾਂ ਉਹਨਾਂ ਦਾ ਇੱਕ ਪ੍ਰਗਟਾਵਾ ਹੀ ਸੀ, ਉਹਨਾਂ ਦੀਆਂ ਬਾਤਾਂ ਤਾਂ ਸੂਖਮ ਹੀ ਹੋਣੀਆਂ ਨੇ। ਔਰ ਪਰਮਾਤਮਾ ਦੀਆਂ ਗੱਲਾਂ ਅਸੀਂ ਕਹੀਏ ਸਥੂਲ ਹੋਣ, ਜੇ ਸਥੂਲ ਰੂਪ ਵਿੱਚ ਦੇਖਿਆ ਜਾ ਸਕੇ ਤਾਂ ਫਿਰ ਸਥੂਲ ਬਾਤਾਂ ਹੋਣਗੀਆਂ, ਅਤੇ ਜੇ ਇਸ ਨੂੰ ਅਸੀਂ ਅਦ੍ਰਿਸ਼ਟ ਅਗਮ ਅਗੋਚਰ ਕਹਿੰਦੇ ਹਾਂ, ਅਪਾਰ ਕਹਿੰਦੇ ਹਾਂ, ਅਥਾਹ ਕਹਿੰਦੇ ਹਾਂ, ਅਸਗਾਹ ਕਹਿੰਦੇ ਹਾਂ, ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਹੀ ਅਗਮ ਅਤੇ ਅਥਾਈ ਹੁੰਦੀਆਂ ਨੇ। ਸੋ ਅਸਾਂ ਉਹਦੇ ਵਿੱਚੋਂ ਜਿਤਨਾ ਕੁ ਸਾਡੇ ਪੱਲੇ ਪੈ ਸਕੇ ਉਹ ਅਸੀਂ ਯਤਨ ਕਰਨਾ ਕਿ ਉਹ ਪ੍ਰਾਪਤ ਸਾਨੂੰ ਹੋ ਜਾਵੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਦਾ ਇੱਕ ਫਰਮਾਨ ਹੈ ਬਿਲਾਵਲ ਰਾਗ ਵਿੱਚ, ਉਹ ਕਹਿੰਦੇ ਨੇ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਂਘੈ ਨਿਰਗੁਣ ਊਂਘੈ ਸਰਗੁਣ, ਕੇਲ ਕਰਤ ਵਿੱਚੇ ਸਵਾਮੀ ਮੇਰਾ। ਇਹ ਬੜੀ ਇੱਕ ਕ੍ਰਾਂਤੀਕਾਰੀ ਸਟੇਟਮੈਂਟ ਹੈ। ਈਂਘੈ ਨਿਰਗੁਣ ਊਂਘੈ ਸਰਗੁਣ, ਜਰਾ ਸੋਚ ਕੇ ਦੇਖੋ, ਇਹ ਕਦੇ ਕਿਸੇ ਭਾਰਤੀ ਦਰਸ਼ਨ ਦੇ ਗਿਆਤਾ ਨੇ ਕਦੇ ਇਹ ਗੱਲ ਨਹੀਂ ਕਹੀ, ਕਦੇ ਵੀ ਨਹੀਂ ਕਹੀ। ਜੇ ਉਹ ਕਹੇਗਾ, ਉਹ ਕਹੇਗਾ ਊਂਘੈ ਨਿਰਗੁਣ ਈਂਘੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਈਂਘੈ ਦਾ ਮਤਲਬ ਹੈ ਇਸ ਲੋਕ ਵਿੱਚ,
ਉਂਖਿਆ ਦਾ ਮਤਲਬ ਹੈ ਪਰਲੋਕ ਵਿੱਚ, ਉਸ ਲੋਕ ਵਿੱਚ। ਜਦੋਂ ਰੱਬ ਦੇ ਸੰਬੰਧ ਵਿੱਚ ਅਸੀਂ ਬਿਆਨ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਉਹ ਪਰਮਾਤਮਾ ਇਸ ਜਗਤ ਤੋਂ ਪਰੇ ਨਿਰਾਕਾਰ ਅਤੇ ਨਿਰਗੁਣ ਹੈ। ਜਗਤ ਵਿੱਚ ਸਰਗੁਣ ਹੈ, ਸਾਕਾਰ ਹੈ। ਗੁਰੂ ਜੀ ਉਲਟ ਕਹਿ ਰਹੇ ਨੇ, ਉਹ ਕਹਿੰਦੇ ਨਾ ਇੱਥੇ ਨਿਰਗੁਣ ਹੈ, ਉੱਥੇ ਸਰਗੁਣ ਹੈ। ਇਹ ਇੱਕ ਬੜੀ ਕ੍ਰਾਂਤੀਕਾਰੀ ਬਾਤ ਹੈ। ਰੱਬ ਜਿਹੜਾ ਨਿਰਾਕਾਰ ਅਤੇ ਨਿਰਗੁਣ ਹੈ, ਉਸ ਦੇ ਜਗਤ ਵਿੱਚ ਦਰਸ਼ਨ ਕਰਵਾਉਣੇ, ਇਹ ਸਭ ਤੋਂ ਪਹਿਲੀ ਗੱਲ। ਇਹ ਵੇ ਕਿ ਉਸ ਨੂੰ ਕਿਸੇ ਵੱਖਰੇ ਲੋਕ ਵਿੱਚ ਸਥਿਤ ਹੋਣ ਵਾਲੀ ਵਿਚਾਰਧਾਰਾ ਨੂੰ ਤੋੜਨਾ ਹੈ ਕਿ ਉੱਥੇ ਬੈਠਾ ਸੀ ਉਹ ਨਿਰਗੁਣ ਸੀ। ਕਹਿੰਦੇ ਨਾ ਇੱਥੇ ਹੀ ਨਿਰਗੁਣ ਹੈ। ਜਿਹੜਾ ਇਹ ਸਰਗੁਣ ਪਸਾਰਾ ਤੁਹਾਨੂੰ ਦਿਸਦਾ ਹੈ, ਗੁਰਦੇਵ ਕਹਿੰਦੇ ਨੇ ਇਹਦੇ ਅੰਦਰ ਵਿੱਚ ਨਿਰਗੁਣ ਹੀ ਹੈ। ਉਹ ਨਿਰਗੁਣ ਇਸ ਜਗਤ ਤੋਂ ਭਿੰਨ ਨਹੀਂ ਹੈ। ਜੋ ਸਰਗੁਣ ਹੈ ਉਹ ਹੀ ਨਿਰਗੁਣ ਹੈ। ਇਹ ਇੱਕ ਕ੍ਰਾਂਤੀਕਾਰੀ ਵਿਚਾਰ ਗੁਰੂ ਸਾਹਿਬ ਮਹਾਰਾਜ ਜੀ ਨੇ ਦਿੱਤਾ ਹੈ। ਭਾਰਤੀ ਦਰਸ਼ਨ ਵਿੱਚ ਨਿਰਗੁਣ ਸਰਗੁਣ ਦੀ ਬੜੀ ਚਰਚਾ ਹੋਈ ਹੈ। ਭਗਤੀ ਲਹਿਰ ਦੀਆਂ ਵੀ ਜਿਹੜੀਆਂ ਦੋ ਮੁੱਖ ਧਾਰਾਵਾਂ ਹਨ, ਨਿਰਗੁਣਵਾਦੀ ਸਰਗੁਣਵਾਦੀ। ਕਬੀਰ ਜੀ ਅਤੇ ਰਾਮਾਨੰਦ ਜੀ ਦੇ ਹੋਰ ਸ਼ਿਸ਼, ਜਿਨ੍ਹਾਂ ਵਿੱਚੋਂ ਰਵਿਦਾਸ ਜੀ ਵੀ ਹਨ, ਇਹ ਸਾਰੇ ਦੇ ਸਾਰੇ ਅਤੇ ਮਹਾਰਾਸ਼ਟਰ ਦੇ ਨਾਮਦੇਵ ਵੀ, ਔਰ ਜਿਤਨੇ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਆਈ ਹੈ, ਅਸੀਂ ਕਹਿੰਦੇ ਹਾਂ ਇਹ ਨਿਰਗੁਣਵਾਦੀ ਹਨ। ਦੂਜੇ ਪਾਸੇ ਮੀਰਾ ਬਾਈ ਹੈ, ਸੂਰਦਾਸ ਹੈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਰਗੁਣਵਾਦੀ ਹਨ। ਇਹ ਪਰਮੇਸ਼ਰ ਨੂੰ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਸਰਗੁਣ ਰੂਪ ਵਿੱਚ ਪੂਜਦੇ ਸਨ। ਦੂਜੇ ਭਗਤ ਉਹ ਉਸ ਨੂੰ ਨਿਰਗੁਣ ਰੂਪ ਵਿੱਚ ਮੰਨਦੇ ਸਨ। ਪਹਿਲਾਂ ਤਾਂ ਮੈਂ ਬੇਨਤੀ ਕਰਾਂ, ਇਹ ਡਿਵੀਜ਼ਨ ਜਿਹੜੀ ਕੀਤੀ ਸੀ ਵਿਦਵਾਨਾਂ ਨੇ, ਸਾਹਿਤਕਾਰਾਂ ਨੇ, ਇਹ ਲਾਈਨਾਂ ਇਸ ਡਿਵੀਜ਼ਨ ਨੂੰ ਵੀ ਤੋੜਦੀਆਂ ਨੇ। ਕਿਉਂਕਿ ਸੂਰਦਾਸ ਦੀ ਭਗਤੀ ਵਿੱਚ ਵੀ ਕਿਤੇ ਨਿਰਗੁਣ ਤਾਂ ਹੈ, ਇਸੇ ਕਰਕੇ ਉਹਦੀ ਇੱਕ ਪੰਕਤੀ ਛਾੜ ਮਨ ਹਰੀ ਵਿਮੁੱਖਣ ਕੋ ਸੰਗ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ। ਜਿੱਥੋਂ ਤੱਕ ਸਵਾਲ ਹੈ, ਜਿਹੜੇ ਭਗਤ ਜਿਤਨੇ ਵੀ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਕਹਿੰਦੇ, ਉਹ ਤਾਂ ਨਹੀਂ ਕਹਿੰਦੇ ਅਸੀਂ ਨਿਰਗੁਣਵਾਦੀ ਹਾਂ। ਉਹ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਉਹ ਕਹਿੰਦਾ ਪਰੇ ਨਿਰੰਕਾਰ ਹੈ, ਦੂਰ ਹੈ, ਅਤੇ ਕੋਈ ਕਹਿੰਦਾ ਨਹੀਂ ਜਗਤ ਵਿੱਚ ਵਸਤਾ ਸਰਗੁਣ ਹੈ, ਕੋਈ ਕਹਿੰਦਾ ਨਿਰਗੁਣ, ਕੋਈ ਕਹਿੰਦਾ ਸਰਗੁਣ। ਜਲ ਕੀ ਮਾਛਲੀ ਚਰੈ ਖਜੂਰ, ਪਾਣੀ ਦੀ ਮੱਛੀ ਹੈ, ਖਜੂਰ ਦੇ ਪੇੜ 'ਤੇ ਚੜ੍ਹਨ ਦਾ ਯਤਨ ਕਰਦੀ ਹੈ। ਕਾਏ ਰੇ ਬਕਵਾਦ ਲਾਇਓ, ਇਹ ਨਿਰਗੁਣ ਸਰਗੁਣ ਦਾ ਕੀ ਤੁਸੀਂ ਰੌਲਾ ਪਾ ਰੱਖਿਆ, ਐਵੇਂ ਬਹਿਸਾਂ ਕਰੀ ਜਾ ਰਹੇ ਹੋ। ਜਿਨ ਹਰੀ ਪਾਇਓ ਤਿਨੈ ਛਪਾਇਓ, ਜਿਸ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਉਸਨੇ ਉਸ ਦੇ ਦਰਸ਼ਨਾਂ ਦੀਆਂ, ਉਹਦੇ ਸਰੂਪ ਦੇ ਬਿਆਨ ਦੀਆਂ ਡੀਂਗਾਂ ਨਹੀਂ ਮਾਰੀਆਂ। ਜਿਹੜਾ ਅਸੀਂ ਜਪ ਬਾਣੀ 'ਚ ਪੜ੍ਹਦੇ ਹਾਂ, ਵਕਤ ਨਾ ਪਾਇਓ ਖਾਦੀਆਂ ਜੇ ਲਿਖਣ ਲੇਖ ਕੁਰਾਨ, ਜਿਹੜਾ ਅਸੀਂ ਕਹਿੰਦੇ ਹਾਂ ਵੇਲ ਨਾ ਪਾਈ ਆ ਪੰਡਤੀ ਜੇ ਹੋਵੇ ਲੇਖ ਕੁਰਾਨ, ਜਿਸ ਨੇ ਪਰਮੇਸ਼ਰ ਪਾਇਆ ਉਸਨੇ ਡੀਂਗਾਂ ਨਹੀਂ ਮਾਰੀਆਂ। ਉਸਨੇ ਸਿਰਫ ਮਨੁੱਖਤਾ ਨੂੰ ਸਮਝਾਇਆ ਹੈ ਕਿ ਪਰਮਾਤਮਾ ਹੈ ਔਰ ਉਹ ਸਰਬਗੁਣ ਸੰਪੂਰਨ ਸ਼ਕਤੀਮਾਨ ਹੈ। ਤਾਂ ਗੁਰਦੇਵ ਮਹਾਰਾਜ ਜੀ ਨੇ ਇਹ ਜਿਹੜੀ ਪਰੰਪਰਾ ਵਿੱਚ ਨਿਰਗੁਣਵਾਦੀਆਂ ਅਤੇ ਸਰਗੁਣਵਾਦੀਆਂ ਵਿੱਚ ਬੜੀ ਲੰਬੀ ਚੌੜੀ ਬਹਿਸ ਦਾ ਇੱਕ ਇਤਿਹਾਸ ਹੈ। ਦਵੈਤ ਅਦਵੈਤ, ਨਿਰਗੁਣ ਸਰਗੁਣ, ਇਹਦੇ 'ਤੇ ਲੰਬੀ ਚੌੜੀ ਬਹਿਸ ਹੋਈ ਹੈ।
गुरुदेव महाराज जी का फलसफा जिहड़ा है ये परमेश्वर नूं किसी भी तरीके नाल विभाजित करन दे पक्ष विच नहीं है, अखंड हस्ती रखदा है। ओ ही निर्गुण है, ओ ही सरगुण है, ते निर्गुण सरगुण भिन्न भिन्न नहीं हैं। ऊंघ है सरगुण, उत्थे सरगुण है, जदों इकला सी तां भी सरगुण सी क्योंकि गुण उहदे विच समेटे हुए सन। जदों इकला सी निराकार सी जे उहदे विच गुण है ही नहीं सन ते गुण कित्थों आ गए, कोई बाहरी शक्ति आ गई जिसने गुण पैदा कर दिते। माया दे तीन गुण या माया दा ये दृष्टमान स्वरूप उहदे विचों ही निकलिया। जे उहदे विचों निकलिया है तो सरगुण तां उहदे अंदर संकोची हुई सी। जे हुण जगत नष्ट हो जाएगा तो सरगुण तां नष्ट होण नाल क्या ईश्वर नष्ट हो जाएगा? नहीं, ओ इहदे विचों फिर निर्गुण ये सारा कुछ निर्गुण फॉर्म विच बदल जाएगा। तो गुरु जी ने निर्गुणता और सरगुणता नू अपेद करके सरगुण निर्गुण निरंकार सुन समाधि आप आपन किया नानका आपे ही फिर जा। सरगुणता ओदे चो निकली, ओदे विच ही विलीन हो जाएगी। ये फलसफा गुरु महाराज जी ने दिता है। निर्गुण ते सरगुण की है ये थोड़ा आपां विचार लिए। प्रकृति विच गुण हैं, कुदरत जिन्हों असीं कहिंदे आ इहदे च तीन गुण ने। ये एक शास्त्री गिणती है कि तीन चीज़ां दे सुमेल तो ये बनी हुई है, अंधेरा चानण ते विच इन्हां नूं एक्टिव करन वाली फोर्स, तीन फोर्स ने जिन्हां नूं असीं कहिंदे आ राजगुण तमगुण सतगुण। सत दा मतलब है प्रकाश, सत दा मतलब है जो चीज़ सत्ती वी रहण वाली है, सत दा मतलब है ज्ञान, सत दा मतलब है विद्या जो अटल है, जो जमदी ते मरदी नहीं है। दूजी चीज़ है तम गुण। तम दा मतलब हुंदा है अंधेरा, तम दा अर्थ हुंदा है जड़, तम दा अर्थ है अज्ञान, तम दा अर्थ है अविद्या। ये अविद्या ये पासी है, इहदा अस्तित्व कोई नहीं है। सत है जो है, असत है जो नहीं है, सिर्फ दिसदा है दृष्टमान। तो इहदा भाव होया कि सत तदों भी है जदों प्रकृति नहीं सी। दूजी फोर्स तम जिहड़ी है, जगत बनिया जगत विच भासमान है, दिसदी है, है नहीं, अंधेरा दिसदा है, है नहीं, चानण है अंधेरा नहीं है, परंतु व्यवहारक रूप जगत विच अंधेरा दृष्टमान हुंदा है। तो ये दूजा गुण प्रकृति दा है। तीजा है राजगुण। ਸਾਡੇ ਵਿਦਵਾਨਾਂ ਨੇ ਇਹਦੀ ਬਹੁਤ ਹੀ ਚੰਗੀ ਵਿਆਖਿਆ ਨਹੀਂ ਕੀਤੀ, ਉਹ ਲੋਭ ਲਾਲਚ ਰਾਜਗੁਣ ਨਾਲ ਜੋੜ ਦਿੱਤਾ। ਜੇ ਉਹਦੇ ਨਾਲ ਜੁੜ ਗਿਆ ਤਾਂ ਫਿਰ ਤਮਸ ਨਾਲ ਕੀ ਜੁੜੇਗਾ? ਰਾਜਗੁਣ ਜਿਹੜਾ ਹੈ ਉਹ ਐਕਟੀਵਿਟੀ ਦਾ ਕਾਰਨ ਹੈ। ਜਦੋਂ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਚੀਜ਼ ਐਕਟਿਵ ਹੁੰਦੀ ਹੈ ਉਹਦੇ ਪਿੱਛੇ ਰਾਜਗੁਣ ਰਹਿੰਦਾ ਹੈ। ਜਦੋਂ ਮਨੁੱਖ ਸਾਤਵਿਕ ਕਰਮ ਵੀ ਕਰਦਾ ਹੈ ਤਾਂ ਉਹ ਸਾਤਵਿਕ ਕਰਮ ਕਰਨ ਦੀ ਜਿਹੜੀ ਐਕਟੀਵਿਟੀ ਹੈ ਉਹ ਰਜਗੁਣ ਨੇ ਦਿੱਤੀ ਹੈ। ਅੰਧੇਰੇ ਵਾਲੇ ਕੰਮ ਕਰਦਾ ਤਾਂ ਵੀ ਰਜਗੁਣ ਹੀ ਉਸਨੂੰ ਐਕਟਿਵ ਕਰਦਾ ਹੈ। ਸੋ ਇਹ ਮਾਇਆ ਦੇ ਤਿੰਨ ਗੁਣ ਨੇ। ਇਹ ਜਗਤ ਜਿਹੜਾ ਮਾਇਆ ਦੇ ਤਿੰਨ ਗੁਣਾਂ ਵਾਲਾ ਹੈ, ਇਸ ਕਰਕੇ ਸਥੂਲ ਜਗਤ ਨੂੰ ਅਸੀਂ ਕਹਾਂਗੇ ਇਹ ਗੁਣਾਂ ਸਹਿਤ ਹੈ। ਇਹਦੇ ਵਿੱਚ ਮਾਇਆ ਦੇ ਗੁਣ ਨੇ। ਜਿਸ ਵਿੱਚ ਮਾਇਆ ਦੇ ਗੁਣ ਨੇ ਉਸਨੂੰ ਅਸੀਂ ਕੀ ਕਹਿੰਦੇ ਹਾਂ? ਸਗੁਣ ਜਾਂ ਸਰਗੁਣ, ਗੁਣਾ ਸਹਿਤ, ਗੁਣਾ ਵਾਲਾ।
निर्गुण किनू कहने हैं? जिदे विच ये गुण नहीं हैं इन्हां तो उपर है, माया दे तीन गुणा तो निर्लेप, माया दे तीन गुणा तो बिल्कुल भिन्न, उसनू असी कहांगे निर्गुण। तो भारतीय दर्शन विच निर्गुण नू प्रकृति तो बिल्कुल भिन्न किया होया सी। उदा प्रभाव सोसाइटी ते की पिया, जगत बिल्कुल ही खराब हो गया, क्योंकि ब्रह्म परमेश्वर जदों टुट गया इहदे नालों, इहदे विच है ही नहीं, ये दुखां दा घर हो गया। महात्मा बुद्ध जी ने कहता दुखां दा घर है, योगी आए उन्हें क्या विकारां दा घर है। इस विच रह के मनुख सत तक सच्चाई तक पहुंच ही नहीं सकता, इस करके जगत का त्याग कर दियो। ये जेड़े धार्मिक ट्रेंड पैदा होंदे ने, इन्हां पिछे कोई चिंतन होंदा जिस करके पैदा होंदे ने, एवें नहीं कि लहरां अपने आप ही पैदा हो गई ना, उन्होंने पिछे फलसफा खलोता है। जदों जगत नूं परमेश्वर नालों तोड़ दिता जाए तो यह जगत फिर विकार रूप हो गया। जदों विकार रूप रह हो गया तो फिर घर गृहस्थी नाल संबंध जिहड़े ने वो धर्म के रस्ते विच रुकावट बन गए। जदों वो रुकावट बन गए, सिद्ध कर दिता कि रुकावट हन, तो धार्मिक लोगों वास्ते जगत नूं छड्डना जरूरी हो गया, तो लोग योगी बन गए, नाथ बन गए, सिद्ध बन गए। सारे सिद्ध छप बैठे पर्वती, कौन जगत को पार उतारा, ये स्थिति पैदा हो गई। ये जिहड़ा परमेश्वर नू तोड़िया गया सी जगत नालों, उदा नतीजा निकलिया कि हिंदुस्तान नू 1000 साल लगभग गुलाम रहना पिया, ये उदा नतीजा सी। जे ईश्वर नू केवल जगत विच ही मन लिया जाए तो इस तों परे ना मन्या जाए, उदियां आपणियां बड़ियां समस्यावां हन। एक तां रब साडे अंदर ही सुंगड़ के मर जाएगा, क्योंकि बाहर तो है नहीं, अंदर ही कैद कर देंगे असीं उहनूं, क्योंकि साडी प्रवृत्ति रब नूं कैद करन दी है, बंद करन दी है, किसी जगह बंद हो जाए, इत्थे कोई सीमा लाती जाए, इस तों बाहर ना निकले। किसी गुरुद्वारे च बंद कर दिए, किसी मंदिर च बंद कर दिए, मस्जिद च बंद कर दिए, साडी पर यह मनुख का सुभाव है। मनुख नहीं चाहुंदा कि कोई हमेशा उहदा उहदे नाल रहे, क्योंकि उन्हें माड़े काम भी करने ने और लुक छिप के करने ने। उन्हें चंगा लगता है कि उन्हें नाल एक हमेशा ही वाच करने वाला हो, नहीं चाहता कि हमेशा वाच करने वाला कोई हो, इस करके वो उन्हें बंद कर किसी कमरे च बंद करना चाहता है। होर कितने नहीं, तो कहेगा कि बाहर नहीं है, तो बाहरों तो नहीं ना देख रहे, अंदर ही बंद कर देगा। मेरे बाहरले कर्म थोड़ा अंदर दी जानेगा, स्थिति अंदर बैठा है, बाहर नहीं है, बाहरों तो नहीं देख रहा ना मैं की कर रहा। तो ये नुकसान ने जेड़े निर्गुणवादी ने, वो जगत नालों परमेश्वर नू तोड़ देंदे ने, ते मनुख जगत तो बेमुख हो जाता है। जेड़े सरगुणवादी ने, वो इतना इसनू जगत विच वार देंदे ने कि रब पत्थर की मूर्ति बन जाता है, पत्थर का भगवान बन जाता है, रब अंधकारी बन जाता है, क्योंकि जगत विच बंद हो गया, रब विकारी हो जाता है, गोपियां नाल खेड करन वाला परमात्मा बन जाता है, वो कलंकित परमात्मा, वो कलंकित ब्रह्म जीवन वास्ते आदर्श किवें बन सकता है, ये समस्या है। इसका समाधान सतगुरु साहब सच्चे पातशाह महाराज जी ने किया। उन्होंने कहा कि वो जगत तो भिन्न नहीं है, जगत नाल अभिन्न है, जगत उसकी बाडी है, उसकी फॉर्म है, जगत के अंदर निवास करता है, परंतु जगत तो परे भी है। परे भी जितनी रचना है इस साडी पृथ्वी तो परे, इस साडे ब्रह्मांड तो परे, करोड़ों ब्रह्मांड हैं और करोड़ों का स्वामी है, ये जितनी को क्रिएशन है इस तो भी परे है।
ਉਹਦਾ ਇੱਕ ਅਨਕ੍ਰੀਏਟਿਡ ਰੂਪ ਵੀ ਹੈ, ਅਪ੍ਰਗਟ ਰੂਪ ਵੀ ਹੈ। ਉਹ ਕਦੇ ਅਪ੍ਰਗਟ ਸੀ, ਹੁਣ ਪ੍ਰਗਟ ਹੈ। ਫਿਰ ਸਥਿਤੀ ਐਸੀ ਆ ਸਕਦੀ ਹੈ ਕਿ ਪ੍ਰਗਟ ਨਹੀਂ ਰਹੇ, ਅਪ੍ਰਗਟ ਹੋ ਜਾਏ। ਉਹ ਗੁਪਤ ਅਤੇ ਪ੍ਰਗਟ ਹੋਣ ਦੇ ਸਮਰੱਥ ਹੈ। ਉਹ ਗੁਪਤ ਵਿੱਚ ਵੀ ਵਰਤਦਾ ਹੈ, ਗੁਪਤ ਰੂਪ ਵਿੱਚ ਵਰਤਦਾ ਹੈ ਅਤੇ ਪ੍ਰਗਟ ਰੂਪ ਵਿੱਚ ਵੀ ਵਰਤਦਾ ਹੈ। ਇਹ ਇੱਕ ਐਸਾ ਵਿਚਾਰ ਦਿੱਤਾ, ਇੱਕ ਤਾਂ ਜੇ ਸਿਰਫ ਮੇਰੇ ਵਿੱਚ ਹੀ ਹੋਏਗਾ, ਅੰਦਰ ਹੋਏਗਾ ਮੇਰੇ, ਤਾਂ ਕਿਤੇ ਮੈਂ ਹੀ ਨਾ ਰੱਬ ਬਣ ਬੈਠਾਂ ਕਿ ਮੈਂ ਹੀ ਰੱਬ ਹਾਂ, ਦੂਜੇ ਨੂੰ ਮੈਂ ਰੱਬ ਨਹੀਂ ਸਮਝਾਂਗਾ। ਅੰਦਰ ਵੇਖਣਾ ਜ਼ਰੂਰੀ ਹੈ, ਕਿਉਂਕਿ ਜੇ ਅੰਦਰ ਨਹੀਂ ਹੈ ਤਾਂ ਅੰਦਰ ਅੰਧਿਆਰਾ ਰਹੇਗਾ, ਮਨੁੱਖ ਚੰਗਾ ਕਿਵੇਂ ਬਣੇਗਾ? ਉਹ ਦਿਲ ਅੰਧਿਆਰੀ ਰਾਤ ਵਾਲੀ ਸਥਿਤੀ 'ਚੋਂ ਨਿਕਲ ਹੀ ਨਹੀਂ ਸਕੇਗਾ ਜੇ ਅੰਦਰ ਨਹੀਂ ਹੋਏ। ਜੇ ਬਾਹਰ ਨਹੀਂ ਹੋਏਗਾ ਤਾਂ ਬੰਦਾ ਸਿਰਫ ਆਪਣੇ ਆਪ ਨੂੰ ਪਰਮੇਸ਼ਰ ਸਮਝਣ ਲੱਗ ਜਾਏਗਾ। ਜੇ ਬਾਹਰੋਂ ਦਰਸ਼ਨ ਨਹੀਂ ਕਰੇਗਾ, ਬਾਹਰ ਉਸਦੀ ਵਿਦਵਾਨਤਾ ਨਹੀਂ ਮੰਨੇਗਾ, ਤਾਂ ਫਿਰ ਉਸਦਾ ਦੂਜੇ ਜੀਵਾਂ ਪ੍ਰਤੀ ਵਿਵਹਾਰ, ਦੂਜਿਆਂ ਨਾਲ ਜਿਹੜਾ ਇੱਕ ਸਹਿ ਹੋਂਦ ਮਹਿਸੂਸ ਕਰਨੀ, ਉਸ ਵਿਚਾਰ ਨੂੰ ਠੇਸ ਵੱਜਦੀ ਹੈ। ਇਸ ਕਰਕੇ ਗੁਰੂ ਜੀ ਨੇ ਪਰਮਾਤਮਾ ਜਿਹੜਾ ਹੈ ਮਨੁੱਖ ਨੂੰ ਸੰਦੇਸ਼ ਦਿੱਤਾ ਕਿ ਤੇਰੇ ਅੰਦਰ ਵੀ ਹੈ ਅਤੇ ਤੇਰੇ ਬਾਹਰ ਵੀ ਹੈ, ਤੇਰਾ ਸਰੀਰ ਵੀ ਉਹਦਾ, ਤੇਰਾ ਆਤਮਾ ਵੀ ਉਹਦਾ ਹੈ।